ਸੈਂਡ ਕੀਤਾ ਤੇ ਮਿਊਜ਼ਿਕ ਬਣਾ ਕੇ ਦਿੱਤਾ ਬਾਈ ਨੇ ਵਧੀਆ ਆਪਾਂ ਛੱਡਤਾ। ਸੋਚਿਆ ਸੋਚਿਆ ਤਾਂ ਨਹੀਂ ਸੀਗਾ ਕਿ ਹੁਣ ਇੱਥੇ ਕਿਹੜਾ ਕਿਸੇ ਨੂੰ ਪਤਾ ਸੀ ਕਿ ਲੋਕਡਾਊਨ ਹੋਣਾ ਤਾਂ ਇੰਨਾ ਟਾਈਮ ਆਪਾਂ ਅੰਦਰ ਰਹਿਣਾ ਘਰਾਂ 'ਚ। ਸਹੀ ਬਾਤ ਹੈ। ਸਿੰਘਾ ਆਪਕਾ ਜੋ ਗਾਣਾ ਕੰਪੀਟ ਆਇਆ ਅਭੀ ਥੋੜੇ ਟਾਈਮ ਪਹਿਲੇ, ਉਸਕਾ ਪੋਸਟਰ ਬਹੁਤ ਅਮੇਜ਼ਿੰਗ ਹੈ। ਮਤਲਬ ਉਹ ਪੋਸਟਰ ਬਹੁਤ ਹਟਕੇ ਹੈ ਜੋ ਜਿਹੜਾ ਟਿਪੀਕਲ ਗਾਣਾ, ਕੰਪੀਟ ਗਾਣਾ। ਹਾਂਜੀ ਕੰਪਲੀਟ। ਪੋਸਟਰ ਬਹੁਤ ਅਲੱਗ ਥਾ, ਟਿਪੀਕਲ ਪੰਜਾਬੀ ਜੈਸੇ ਪੋਸਟਰ ਹੋਤੇ ਹੈ ਵੈਸਾ ਪੋਸਟਰ ਨਹੀਂ ਥਾ। ਮਤਲਬ ਉਹ ਸਮਝ ਮੈਂ ਆ ਰਹੀ ਸੀ ਕਿ ਉਹ ਬਹੁਤ ਡਿਫਰੈਂਟ ਥਾਟ ਕੇ ਸਾਥ, ਇੱਕ ਬਹੁਤ ਅਲੱਗ ਸੋਚ ਕੇ ਸਾਥ ਉਹ ਬਣਾਇਆ ਹੈ। ਤੋ ਵੋ ਕਿਸਕਾ ਆਈਡੀਆ ਥਾ, ਵੋ ਆਪ ਹੀ ਕਾ ਥਾ ਕਿਆ ਕਿ ਮਤਲਬ ਕੁਛ ਇਕਦਮ ਡਿਫਰੈਂਟ ਕਰਨਾ ਹੈ? ਉਹ ਜਿਹੜਾ ਜੋਕਰ ਵਾਲਾ ਆਈਡੀਆ ਸੀਗਾ ਉਹ ਆਪਣਾ ਸੀਗਾ, ਤੇ ਵੀਡੀਓ ਡਾਇਰੈਕਟ ਕੀਤੀ ਆ ਨਵ ਧੀਮਾਨ ਵੀਰੇ ਨੇ, ਤੇ ਹਾਂਜੀ ਹਾਂ ਤੇ ਸਾਰਾ ਬਾਕੀ ਟੀਮ ਵਰਕ ਦੇ ਨਾਲ ਨਾਲ ਕੰਮ ਕੀਤਾ ਸਾਰਾ ਅਸੀਂ। ਤੋ ਅਭੀ ਅਭੀ ਮੈਨੂੰ ਪਤਾ ਗਾਣਾ ਜਬ ਵੋ ਜੋ ਲਿਰਿਕਸ ਉਸਕੇ ਅੰਦਰ ਜੋ ਬਾਤ ਕਰੀ ਗਈ ਹੈ ਕਿ ਕੰਪੀਟੀਸ਼ਨ ਨਹੀਂ ਹੈ ਕਿਸੀ ਕੇ ਸਾਥ, ਮੈਂ ਫੀਲ ਯੂ ਕਭੀ ਫੀਲ ਨਹੀਂ ਕਰਤਾ। ਕਭੀ ਰੀਅਲ ਲਾਈਫ ਮੇਂ ਵੀ ਐਸਾ ਹੀ ਹੈ ਕਿ ਕੋਈ ਕੰਪੀਟੀਸ਼ਨ ਆਪ ਫੀਲ ਯੂਜੂਅਲੀ ਕਰਦੇ ਨਹੀਂ ਹੋ ਕਿਸੀ ਕੇ ਸਾਥ, ਕਿਉਂਕਿ ਇਹ ਬਹੁਤ ਨੈਚੁਰਲ ਹੈ ਕਿਸੀ ਕੇ ਸਾਥ ਕੰਪੀਟੀਸ਼ਨ ਫੀਲ ਕਰਨਾ ਕਿ ਯਾਰ ਇਹ ਮੇਰਾ ਕੰਪੀਟੀਸ਼ਨ ਹੈ। ਕੰਪੀਟੀਸ਼ਨ ਨਹੀਂ ਆ, ਕੰਪੀਟੀਸ਼ਨ ਮੈਨੂੰ ਨਹੀਂ ਲੱਗਦਾ ਕਿ ਸਾਨੂੰ, ਅਗਰ ਤੁਸੀਂ ਕੰਪੀਟੀਸ਼ਨ ਰੱਖੋਗੇ ਫਿਰ ਤੁਸੀਂ ਉਹਦੀ ਸੀਮਤ ਤੱਕ ਹੀ ਰਹਿ ਜਾਓਗੇ ਕਿ ਜੇ ਬਸ ਉਹ ਕੰਪੀਟੀਟਰ ਆ ਮੇਰਾ। ਆਪਾਂ ਤਾਂ ਹਰੇਕ ਬੰਦੇ ਦੇ ਉੱਪਰ ਜਾਣਾ ਨਾ, ਨਾਮ ਲੈਵਲ ਸਾਰਾ ਕੁਛ ਕਿੱਦਾਂ ਬਣਾਉਣਾ, ਹੁਣ ਤੱਕ ਕਿੱਦਾਂ ਬਣੇ ਆ। ਮੈਨੂੰ ਮੈਨੂੰ ਯਾਦ ਆ ਉਹ ਟਾਈਮ, ਸਟਰਗਲ ਟਾਈਮ ਹਮੇਸ਼ਾ ਯਾਦ ਰਹੂਗਾ ਮਰਦੇ ਦਮ ਤੱਕ। ਸ਼ਾਇਦ ਮੈਨੂੰ ਨੀ ਪਤਾ ਇਸ ਤੋਂ ਅੱਗੇ ਆਪਾਂ ਉੱਪਰ ਜਾਣਾ ਜਾਂ ਥੱਲੇ ਜਾਣਾ, ਮੈਨੂੰ ਮੈਂ ਕੇਅਰ ਵੀ ਨੀ ਕਰਦਾ ਉਸ ਗੱਲ ਦੀ ਕਿ ਮੈਂ ਸੋਚਦਾ ਹਾਂ ਨਾ ਮੇਰੇ ਕੋਲ ਅੱਜ ਇੱਕ ਗੱਡੀ ਦੋ ਗੱਡੀਆਂ, ਮੇਰੇ ਕੋਲ ਚਾਰ ਹੋਣ, ਮੇਰੇ ਕੋਲ ਜਹਾਜ਼ ਹੋਵੇ, ਮੈਨੂੰ ਮੈਨੂੰ ਕੇਅਰ ਨੀ ਹੈਗੀ ਇਸ ਗੱਲ ਦੀ। ਤੇ ਮੇਰੇ ਕੋਲ ਜੋ ਹੈਗਾ ਬਸ ਪਰਮਾਤਮਾ ਦੇ ਦਿੱਤਾ, ਜਿਹੜੀ ਬਾਪੂ ਦਾਦੇ ਦੀ ਜ਼ਮੀਨ ਆ ਉਹ ਸਾਂਭ ਕੇ ਰੱਖਾਂ, ਤੇ ਬਾਕੀ ਆਪਣਾ ਇੱਕ ਮੁਕਾਮ ਇਨਸਾਨ ਵਧੀਆ ਬਣ ਜਾਵਾਂ ਬਸ, ਹੋਰ ਕੋਈ ਰੌਲਾ ਰੱਪਾ ਨੀ ਹੈਗਾ ਆਪਾਂ ਨੂੰ। ਛੋਟੀ ਛੋਟੀ ਖੁਆਇਸ਼ਾਂ ਹੈ ਜ਼ਿੰਦਗੀ ਕੀ? ਹਾਂ ਛੋਟੀ ਛੋਟੀ ਖੁਸ਼ੀਆਂ ਆਪਣੀਆਂ ਬਸ, ਬਾਕੀ ਇੰਨਾ ਆ ਪਰਮਾਤਮਾ ਨੇ ਦਿੱਤਾ ਬਹੁਤ ਕੁਛ ਆ, ਤੇ ਪਹਿਲਾਂ ਵੀ ਬਹੁਤ ਕੁਛ ਸੀਗਾ ਤੇ ਹੁਣ ਤਾਂ ਚਲੋ ਸਾਰਾ ਕੁਛ ਹੀ ਆ। ਬਾਕੀ ਦੇਖੋ ਮਿਹਨਤ ਆ, ਸਟਰਗਲ ਆ, ਇਹ ਨੀ ਆ ਕਿ ਜੇ ਦੋ ਗਾਣੇ ਚਾਰ ਗਾਣੇ ਚੱਲ ਗਏ ਤਾਂ ਆਪਾਂ ਸਟਰਗਲ ਕਰਨੀ ਆ, ਆਪਣਾ ਨਾਂ ਬਣ ਗਿਆ ਜੀ ਆਪਾਂ ਕੀ ਲੈਣਾ। ਸਟਰਗਲ ਆ, ਸਟਰਗਲ ਕਰਦੇ ਰਵਾਂਗੇ, ਕਈ ਵੇਲੇ ਉੱਪਰ ਜਾਂਦਾ ਬੰਦਾ ਥੱਲੇ ਜਾਂਦਾ, ਪਾਰਟਸ ਆਫ ਲਾਈਫ। ਬਟ ਸਿੰਘਾ ਮੈਨੇ ਦੇਖਾ ਜਿਸ ਤਰੀਕੇ ਕੀ ਫੈਨ ਫਾਲੋਇੰਗ ਆਪਕੀ ਹੈ ਨਾ, ਉਹ ਬਹੁਤ ਕਿਸੇ ਮਤਲਬ ਕਹਿੰਦੇ ਨਾ ਕਿ ਵੋ ਜੋ ਦਿਲ ਵਾਲੀ ਫਾਲੋਇੰਗ ਹੈ, ਇਕਦਮ ਪੱਕੀ ਵਾਲੀ ਫਾਲੋਇੰਗ ਹੈ ਆਪਕੀ। ਅਬ ਵੋ ਮੁਝੇ ਐਸਾ ਲਗਤਾ ਹੈ ਕਿ ਵੋ ਡਿਪੈਂਡ ਕਰਤਾ ਹੈ ਕਿ ਆਪ ਕੈਸੇ ਇਨਸਾਨ ਹੋ, ਔਰ ਲੋਗੋ ਕੇ ਸਾਹਮਣੇ ਵੋ ਵੋ ਚੀਜ਼ ਆਈ ਜਾਤੀ ਹੈ ਕਹੀਂ ਨਾ ਕਹੀਂ, ਮੁਝੇ ਐਸਾ ਲਗਤਾ ਹੈ, ਜੋ ਵੀ ਆਪਕੀ ਟਰੂ ਪਰਸਨੈਲਿਟੀ ਹੋਤੀ ਹੈ। ਫੈਨ ਫੋਲੋਇੰਗ ਤਾਂ ਮੈਂ ਮੰਨਦਾ ਨਹੀਂ, ਮੈਂ ਤਾਂ ਪਹਿਲਾਂ ਵੀ ਕਹਿੰਦਾ ਹੁੰਦਾ ਮੈਂ ਕਿਹਾ ਯਾਰ ਫੈਨ ਹੋਣ ਤਾਂ ਮੈਨੂੰ ਬਣਾਉਣੇ ਆਉਂਦੇ ਨਹੀਂ ਹੈਗੇ, ਹਨਾ ਜਿੰਨੇ ਚਲੋ ਪਿਆਰ ਕਰਦੇ ਆਪਾਂ ਨੂੰ ਵਾਹਿਗੁਰੂ ਦੀ ਕਿਰਪਾ ਨਾਲ, ਚਾਹੁਣ ਵਾਲੇ ਜਿੰਨੇ ਵੀ ਆਪਾਂ ਨੂੰ ਸੁਣਦੇ ਆ ਨਾ, ਤੇ ਮੈਂ ਤਾਂ ਰਿਸਪੈਕਟ ਕਰਦਾ ਸਾਰਿਆਂ ਦੀ, ਹਨਾ ਜਿੱਦਾਂ ਦਾ ਹੈਗਾ ਸਾਹਮਣੇ ਆ, ਮੈਂ ਕਦੇ ਸ਼ੋਸ਼ਾ ਨੀ ਕਦੇ ਆ ਨੀ, ਹਨਾ ਜੋ ਵੀ ਹੈਗਾ ਤੁਹਾਡੇ ਸਾਹਮਣੇ ਆ, ਤੁਹਾਨੂੰ ਵੀ ਪਤਾ, ਤੁਹਾਨੂੰ ਵੀ ਮਿਲਿਆ, ਬਾਕੀ ਜਿਨ੍ਹਾਂ ਨੂੰ ਵੀ ਮਿਲਿਆ ਜਿੰਨੇ ਵੀ ਮਿਲੇ ਸਾਰਿਆਂ ਨੂੰ ਪਤਾ ਹੀ ਆ, ਤੇ ਬਸ ਇੰਨਾ ਆ ਇੱਕ ਰਿਸਪੈਕਟ ਬਣਾ ਕੇ ਰੱਖਣੀ ਆ ਬਸ, ਆਹੀ ਚੀਜ਼ ਜ਼ਰੂਰੀ ਆ। ਮੈਂ ਕਰਦਾ ਵੀ ਆ ਤੇ ਕਰਵਾਉਣੀ ਵੀ ਚਾਹੁੰਦਾ। ਬਿਲਕੁਲ ਸਿੰਘਾ, ਇਸ ਗਾਣੇ ਮੇ ਯੁਵਰਾਜ ਸਿੰਘ ਉਨਕੇ ਜੋ ਜੋ ਫਾਦਰ ਹੈ ਵੋ ਹੈ ਯੋਗਰਾਜ ਸਿੰਘ। ਹਾਂਜੀ ਹਾਂਜੀ। ਵੋ ਕੈਸੇ ਹੁਆ? ਵੋ ਬੜਾ ਮਤਲਬ ਮੈਨੂੰ ਡਿਫਰੈਂਟ ਲਗਾ ਦੇਖ ਕੇ, ਮੈਨੇ ਕਹਾ ਯਾਰ ਯੇ ਕੈਸੇ ਵੀਡੀਓ ਮੇ। ਬਹੁਤ ਸੀਨੀਅਰ ਆਰਟਿਸਟ ਆ ਉਹ, ਮਤਲਬ ਹਨਾ ਜਦੋਂ ਸੈੱਟ ਤੇ ਸੀਗੇ, ਤੇ ਹਲਾ ਦੇਖੋ ਅਸੀਂ ਕਰਦੇ ਹਾਂ ਕਿ ਕੰਮ ਕਰਦੇ ਹਾਂ, ਵੈਨਿਟੀ ਚ ਹੁੰਦੇ ਆ ਬੈਠੇ, ਆਰਟਿਸਟ ਬੈਠੇ ਹੁੰਦੇ ਆ, ਤੇ ਉਹ ਜਦੋਂ ਭਾਜੀ ਆਏ ਨਾ ਯਾਰ ਡਰ ਲੱਗਦਾ ਸਾਰਿਆਂ ਨੂੰ, ਜਿੰਨੇ ਵੀ ਉੱਥੇ ਡਾਇਰੈਕਟਰ ਸੀ ਜਾਂ ਆਪਣੇ ਕੰਮ ਕਰਨ ਵਾਲੇ ਸੀ ਆਰਟਿਸਟ ਸੀਗੇ ਕੋ ਆਰਟਿਸਟ, ਤੇ ਸਾਰੇ ਡਰਦੇ ਸੀ ਕਿ ਯਾਰ ਹਨਾ ਆਪਣੇ ਤੋਂ ਕੋਈ ਏਦਾਂ ਦੀ ਗਲਤੀ ਨਾ ਹੋਵੇ ਕਿ ਸਰ ਗੁੱਸਾ ਕਰ ਜਾਣ। ਸੋ ਉਹਨਾਂ ਨੇ ਇੱਕ ਆਪਣਾ ਰਿਸਪੈਕਟ ਬਣਾ ਕੇ ਰੱਖੀ ਹੋਈ ਆ ਸਾਰਿਆਂ ਦੇ ਨਾਲ, ਹਨਾ ਸਾਰਿਆਂ ਸਾਹਮਣੇ, ਤੇ ਉਹੀ ਚੀਜ਼ ਮੈਨੂੰ ਲੱਗਦਾ ਕਿ ਵਧੀਆ ਵੀ ਆ, ਤੇ ਇਨਸਾਨ ਬਹੁਤ ਵਧੀਆ ਨੇ ਉਹ, ਉਹਨਾਂ ਦਾ ਨੇਚਰ ਬਹੁਤ ਵਧੀਆ, ਤੇ ਉਹਨਾਂ ਨਾਲ ਕੰਮ ਕਰਕੇ ਗੱਲਾਂ ਕਰਕੇ ਜੋ ਸਵਾਦ ਆਉਂਦਾ ਉਹ ਤਜਰਬੇ ਜ਼ਿੰਦਗੀ ਦੇ, ਤੇ ਬੜਾ ਬੰਦਾ ਦੇ ਸਕਦਾ ਐਕਸਪੀਰੀਅੰਸ ਵਾਲਾ ਹੀ। ਸਹੀ ਬਾਤ ਹੈ। ਪਰ ਇਸ ਵੀਡੀਓ ਮੇਂ ਨਾ ਕੰਪਲੀਟ ਵੀਡੀਓ ਮੇਂ